ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪਟੀ ਸਾਹਿਬ ਦਾ ਸਵਾਗਤ ਕਰਦੇ। ਪਟੀ ਸਾਹਿਬ ਵੈਲਕਮ ਜੀ, ਇਹਨੂੰ ਸਤਿ ਸ੍ਰੀ ਅਕਾਲ। ਵੈਲਕਮ ਸਰ, ਮੇਰੇ ਵੱਲੋਂ ਆਪ ਜੀ ਦੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਜਦੋਂ ਕਦੇ ਉੱਥੋਂ ਲੱਗਦਾ ਸਵੇ ਬਾਰ ਬਾਰ ਆਊਗਾ, ਤੇ ਮੈਂ ਜਦੋਂ ਆਰਟੀਕਲ ਪੜ੍ਹਿਆ ਪਲਾਹੀ ਸਾਹਿਬ ਦਾ ਅਗੋ 20-25 ਮਿੰਟ ਲਗਾਤਾਰ ਕਿਤੇ ਖੰਘ ਲੱਗ ਗਿਆ ਹੀ ਨਹੀਂ। ਹਾਂਜੀ, ਉਦੋਂ ਅਰਦਾਸ ਕਰਕੇ ਬੈਠੇ ਸੀ, ਚਲੋ ਅਰਦਾਸ ਤੇ ਰੋਜ਼ ਹੀ ਕਰੀਦੀ ਹੈ ਬੈਠੇ ਲੱਗੇ। ਬਿਲਕੁਲ 1320 ਮਿੰਟ ਅਗਲਾ ਪੰਜਾਬ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਵਾਰੀ ਦੁਆਬਾ ਦੇ ਹਲਕਾ ਕਰਤਾਰਪੁਰ ਜਾਂ ਆਦਮਪੁਰ ਤੋਂ ਖਬਰਾਂ ਆ ਰਹੀਆਂ ਨੇ ਚੋਣ ਲੜ ਸਕਦੇ ਨੇ। 111 ਦਿਨਾਂ ਵਿੱਚ ਸਭ ਤੋਂ ਵੱਧ ਫੰਡ ਇਹਨਾਂ ਹਲਕਿਆਂ ਨੂੰ ਦਿੱਤੇ ਗਏ ਨੇ, ਪਰੰਤੂ ਉਸ ਤੋਂ ਪਹਿਲਾਂ ਕੀ ਕਾਰਨ ਹੈ? ਅੱਜ ਮਿਲਦਾ ਆਮ ਆਦਮੀ ਪਾਰਟੀ ਦੇ ਲਾਲਾ ਜੀ ਫੇਰ ਆ ਰਹੇ ਨੇ ਪੰਜਾਬ, ਹੈ ਨਾ, ਤੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਉਹਨਾਂ ਨੇ ਦਿੱਤਾ, ਤੇ ਇੱਕ ਭਗਵੰਤ ਮਾਨ ਦੀ ਤੱਕ ਸੀਟ ਨਹੀਂ ਅਨਾਊਂਸ ਹੋਈ। ਕੀ ਕਹਿਣਾ ਚਾਹੋਗੇ, ਕੀ ਲੱਗਦਾ ਤੁਹਾਨੂੰ, ਦਾਲ ਚ ਕਾਲਾ ਜਿਹਾ ਲੱਗਦਾ ਕਿਤੇ ਭਗਵੰਤ ਦਾ ਸੁਚੇਤ ਨਹੀਂ ਵੀ ਮੈਨੂੰ ਜੇ ਮੁੱਖ ਮੰਤਰੀ ਬਣਾਓਗੇ ਤੇ ਮੁੱਖ ਮੰਤਰੀ ਦਾ ਨਾਂ ਅਨਾਊਂਸ ਕਰੋਗੇ, ਫੇਰ ਹੀ ਮੈਂ ਚੋਣ ਲੜਨੀ, ਕਿਤੇ ਗੁੱਗਲੀ ਤਾਂ ਨਹੀਂ ਖੇਡ ਰਿਹਾ? ਆਪਾਂ ਪਹਿਲੀ ਗੱਲ ਕਰੀਏ ਜੀ ਚਰਨਜੀਤ ਸਿੰਘ ਚੰਨੀ ਹੋਣਾ ਦੀ। ਚਰਨਜੀਤ ਸਿੰਘ ਚੰਨੀ ਜਿਹੜੇ ਮੁੱਖ ਮੰਤਰੀ ਨੇ, ਤੁਹਾਨੂੰ ਪਤਾ ਦੁਆਬੇ ਦੇ ਵਿੱਚ ਸਭ ਤੋਂ ਵੱਡਾ ਡੇਰਾ ਬੱਲਾ ਵਾ। ਹਾਂ ਬਿਲਕੁਲ ਬਿਲਕੁਲ, ਜਿਹੜਾ ਇੱਕ ਬੜਾ ਤਕੜਾ ਵੋਟ ਬੈਂਕ ਆ, ਤੇ ਜਦੋਂ ਦੇ ਚੰਨੀ ਸਾਹਿਬ ਬਣੇ ਆ ਹੁਣ 8ਵੀਂ ਵਾਰੀ ਇੱਥੇ ਆ ਰਹੇ। ਪਹਿਲਾਂ ਵੀ ਇਹ ਗੱਲ ਚੱਲਦੀ ਪਈ ਸੀ ਚਮਕੌਰ ਸਾਹਿਬ ਤੋਂ ਇਹਨਾਂ ਦਾ ਬ੍ਰਦਰ, ਤੇ ਇਹ ਦੁਆਬੇ ਦੇ ਕਿਸੇ ਹਲਕੇ ਤੋਂ ਚੋਣ ਲੜਨਗੇ। ਪਹਿਲਾਂ ਵੀ ਗੱਲ ਆਈ ਸੀ ਆਦਮਪੁਰ ਜਾਂ ਕਰਤਾਰਪੁਰ ਤੋਂ ਲੜਨਗੇ। ਹੁਣ ਇਸ ਕਰਕੇ ਇਹ ਚਰਚਾ ਛਿੜ ਗਈ ਆ ਵੀ 8ਵੀਂ ਵਾਰ ਤੁਸੀਂ ਆ ਰਹੇ ਹੋ, ਤੇ ਇਹ ਦੋ ਹਲਕੇ ਨੇ ਇਹਨਾਂ ਨੂੰ ਬਕਾਇਦਾ ਤੌਰ ਤੇ 15 ਲੱਖ ਤੇ 17 ਲੱਖ ਨਹੀਂ ਸੋਰੀ 15 ਕਰੋੜ ਤੇ 17 ਕਰੋੜ ਕਾਰੋਬਾਰ ਇਹਨਾਂ ਨੂੰ ਬਕਾਇਦਾ ਤੌਰ ਤੇ ਗ੍ਰਾਂਟ 111 ਦਿਨਾਂ ਚ ਵੰਡੀ ਗਈ ਹੈ। ਸਭ ਤੋਂ ਵੱਧ ਗ੍ਰਾਂਟ ਇਹਨਾਂ ਹਲਕੇ ਦਿੱਤੀ ਗਈ, ਡੇਰਾ ਬੱਲਾ ਨੂੰ ਵੀ ਗ੍ਰਾਂਟ ਦਿੱਤੀ ਗਈ ਆ, ਤੇ ਉਹ ਵੀ ਰਿਲੀਜ਼ ਕਰ ਦਿੱਤੀ ਗਈ ਹੈ 25 ਕਰੋੜ ਕਿੰਨੀ ਦਿੱਤੀ ਇਹਨਾਂ। ਇਸ ਕਰਕੇ ਇਹ ਮਹਿਸੂਸ ਕਰਦੇ ਆ ਇਹਨਾਂ ਨੂੰ ਹਾਈ ਕਮਾਂਡ ਤੋਂ ਇੱਕ ਮੈਂ ਪੂਰਾ ਸਰਵੇ ਕਰਦੇ ਨੇ, ਪੂਰਾ ਸਰਵੇ ਕਰਦੇ। 23 ਸੀਟਾਂ ਇੱਥੇ ਬਕਾਇਦਾ ਤੌਰ ਤੇ ਹੈਗੀਆਂ ਨੇ, ਜਿਹੜੀਆਂ ਪਿਛਲੀ ਵਾਰੀ ਮਿਲੀਆਂ ਸੀ ਕਾਂਗਰਸ ਨੂੰ 23 ਦੇ ਵਿੱਚੋਂ 15 ਮਿਲੀਆਂ, ਜਦੋਂ ਹਨੇਰੀ ਚੱਲਦੀ ਸੀ ਅਕਾਲੀਆਂ ਦੇ ਖਿਲਾਫ, ਬਿਲਕੁਲ ਪੂਰੀ ਜਿਹੜੀ ਸੀ ਇੱਕ ਮੁਹਿੰਮ ਚੱਲ ਰਹੀ ਸੀਗੀ। ਵੋਟਰ ਅਕਾਲੀਆਂ ਨੂੰ ਵੇਖਣ ਨਹੀਂ ਸੀ ਉਹਨਾਂ ਵੀ 10 ਸਾਲ ਲੁੱਟਿਆ ਤੇ ਕੁੱਟਿਆ ਲੋਕਾਂ ਨੂੰ, ਉਦੋਂ ਵੀ ਉਹ ਇੱਥੋਂ 10 ਸੀਟਾਂ ਲੈ ਗਏ ਸੀ। ਇਸ ਕਰਕੇ ਉਹਨਾਂ ਨੇ ਇਹ ਫੈਸਲਾ ਕੀਤਾ ਹਾਈਕਮਾਂਡ ਨੇ ਕਿ ਚੰਨੀ ਜੀ ਨੂੰ ਜੇ ਤੁਸੀਂ ਆਦਮਪੁਰ ਤੋਂ ਜਾਂ ਕਰਤਾਰਪੁਰ ਤੋਂ ਚੋਣ ਲੜਾ ਦਿਓਗੇ, ਤੇ ਇਹਨਾਂ ਦੇ ਨਾਲ ਦੇ ਹਲਕੇ ਆਟੋਮੈਟਿਕਲੀ ਮੁੱਖ ਮੰਤਰੀ ਦੇ ਕਰਕੇ ਅਸੀਂ ਜਿੱਤ ਸਕਦੇ। ਜੇ ਜਲੰਧਰ ਜ਼ਿਲ੍ਹੇ ਦੀ ਆਪਾਂ ਸਿਰਫ ਗੱਲ ਕਰ ਲਈਏ, ਤੇ ਉਹਦੇ ਵਿੱਚ 9 ਹਲਕੇ ਆ, ਤੇ 4 ਸ਼੍ਰੋਮਣੀ ਅਕਾਲੀ ਦਲ ਜਿੱਤੇ ਸੀ ਪਿਛਲੀ ਵਾਰੀ 2017 ਦੇ ਵਿੱਚ। ਇਸ ਕਰਕੇ ਇਹ ਸੋਚ ਰਹੇ ਨੇ ਇਸ ਜਗ੍ਹਾ ਤੋਂ ਜੇ ਕਿਤੇ ਚੰਨੀ ਸਾਹਿਬ ਚੋਣ ਲੜਦੇ ਆ, ਤੇ ਮੇਰਾ ਖਿਆਲ ਆ ਵੀ ਉਹ ਜਿੱਤ ਵੀ ਪ੍ਰਾਪਤ ਕਰਨਗੇ, ਤੇ ਨਾਲ ਇੱਥੇ ਜਿਹੜਾ ਬੋਲਬੱਲਾ ਕਾਂਗਰਸ ਦਾ ਵੀ ਹੋ ਜਾਏਗਾ। ਜਿਹੜੀ ਆਦਮਪੁਰ ਵਿਧਾਨ ਸਭਾ ਉਹਨੂੰ 15 ਕਰੋੜ ਤੇ ਕਰਤਾਰਪੁਰ ਨੂੰ 17 ਕਰੋੜ ਦਿੱਤੇ ਨੇ, ਤੇ 2 ਕਰੋੜ ਜਿਹੜਾ ਸਿਰਫ ਤੇ ਸਿਰਫ ਜਿਹੜਾ ਡੇਰਾ ਬੱਲਾ ਉਹਦਾ ਸੀਵਰੇਜ ਪਾਉਣ ਵਾਸਤੇ ਦਿੱਤੇ ਨੇ, ਭਾਈ ਇੱਥੇ ਸੀਵਰੇਜ ਪਾਇਆ ਜਾਵੇ, ਤੇ ਕੰਮ ਵੀ ਮੇਰੇ ਖਿਆਲ ਸ਼ੁਰੂ ਕਰ ਦਿੱਤਾ ਗਿਆ। ਹੁਣ ਵੇਖੋ ਅਜੇ ਤੱਕ ਤੇ ਜਿਹੜੀ ਐਲਾਨ ਨਹੀਂ ਹੋਇਆ ਟਿਕਟਾਂ ਦਾ, ਤੇ ਟਿਕਟਾਂ ਦਾ ਐਲਾਨ ਹੋਣ ਤੋਂ ਬਾਅਦ ਪਤਾ ਲੱਗੇਗਾ ਕਿ ਵਾਕਈ ਉੱਥੇ ਚੋਣ ਲੜਦੇ ਕਿ ਨਹੀਂ ਲੜਦੇ। ਪਿੱਛੇ ਜੇ ਇਹਨਾਂ ਨੇ ਕਹਿ ਦਿੱਤਾ ਸੀ ਬਕਾਇਦਾ ਤੌਰ ਤੇ ਮੁੱਖ ਮੰਤਰੀ ਸਾਹਿਬ ਨਾਲ ਕਿ ਮੈਂ ਆਪਣੇ ਪਰੰਪਰਾਗਤ ਜਿਹੜਾ ਆਪਣਾ ਹਲਕਾ ਵਾ ਚਮਕੌਰ ਸੀ ਉੱਥੋਂ ਚੋਣ ਲੜੂੰਗਾ ਜੀ, ਉਹਨਾਂ ਦਿਨਾਂ ਚ ਉਹਨਾਂ ਦੇ ਭਰਾ ਨੇ ਸਰਕਾਰੀ ਨੌਕਰੀ ਤੋਂ ਅਸਤੀਫਾ ਦਿੱਤਾ ਸੀ, ਚਰਚਾਵਾਂ ਚੱਲ ਪਈਆਂ ਸੀ ਜੇ ਕੋਈ ਇਲੈਕਸ਼ਨ ਲੜਨਗੇ, ਉਹਨਾਂ ਨੂੰ ਸਮਾਣਾ ਲਿਜਾਣ ਦੀ ਕੋਸ਼ਿਸ਼ ਕੀਤੀ ਸੀ, ਜਿੱਥੇ ਗੁਰਪ੍ਰੀਤ ਸਿੰਘ ਜੇਪੀ ਚੋਣ ਲੜਦੇ ਨੇ, ਸਿੱਧੂ ਸਾਹਿਬ ਬਕਾਇਦਾ ਤੌਰ ਤੇ ਇੱਥੇ ਚੋਣ ਲੜ ਕੇ ਉਹਨੂੰ ਥਾਪੜਾ ਦੇ ਕੇ ਸੀ, ਭਾਈ ਤੂੰ ਪਕੜਾ ਹੋ ਜਾ, ਤੂੰ ਗੱਲ ਨੀ ਕੋਈ ਤੇਰੇ ਨਾਲ ਖੜੇ ਆਪਾਂ। ਇਸ ਕਰਕੇ ਹੁਣ ਇੰਜ ਲੱਗਦਾ ਵੀ ਚਮਕੌਰ ਸਿੰਘ ਹਲਕਾ ਜਿਹੜਾ ਵਾ ਇਹਨਾਂ ਦੇ ਭਰਾ ਨੂੰ, ਤੇ ਆਪ ਦੇ ਦੁਆਬਾ ਦੇ ਵਿੱਚ ਜਿਹੜੀ ਆਦਮਪੁਰ ਤੋਂ ਜਾਂ ਕਰਤਾਰਪੁਰ ਤੋਂ ਚੋਣ ਲੜਨਗੇ ਸਤਪਾਲ ਮਾਲ, ਇੱਕ ਪੁਰਾਣੇ ਕਾਂਗਰਸੀ ਘਰ ਬੈਠੇ ਸੀ ਕਰਤਾਰਪੁਰ ਸਾਹਿਬ ਤੋਂ, 2 ਵਾਰੀ ਮੇਰੇ ਖਿਆਲ ਉਹ MLA ਵੀ ਰਹੇ, ਉਹਨਾਂ ਨੂੰ ਵੀ ਘਰ ਜਾ ਕੇ ਬੂਟਾ ਮੰਡੀ ਨੂੰ ਮਨਾ ਕੇ ਤੇ ਉਹਨਾਂ ਨੂੰ ਵਾਪਸ ਕਾਂਗਰਸ ਸ਼ਾਮਲ ਕਰਕੇ ਲੈ ਕੇ ਆਏ ਨੇ। ਇਹਦਾ ਮਤਲਬ ਸੰਕੇਤ ਆ ਵੀ ਉਹ ਸੰਕੇਤ ਤੋਂ ਚੋਣ ਲੜਨਗੇ,
ਤਾਂ ਉਹਨਾਂ ਵਰਕਰਾਂ ਦਾ ਆਪਣਾ ਪ੍ਰਭਾਵ ਜਾਂ ਆਪਣਾ ਆਧਾਰ ਉਹ ਲੋਕਾਂ ਨੂੰ ਕਨਵਿੰਸ ਕਰ ਸਕਦੇ ਕਿ ਮੁੱਖ ਮੰਤਰੀ ਸਾਨੂੰ ਵੋਟ ਪਾਓ। ਵੈਸੇ ਵੀ ਵੋਟਾਂ ਮੁੱਖ ਮੰਤਰੀ ਨੂੰ ਕਾਫੀ ਮਿਲ ਜਾਣੀਆਂ, ਕੋਈ ਦੋਰਾਵਾ ਨਹੀਂ ਹੈਗੀਆਂ। ਜਿੰਨਾ ਕੰਮ 111 ਦਿਨਾਂ ਦੇ ਵਿੱਚ ਮੁੱਖ ਮੰਤਰੀ ਨੇ ਕੀਤਾ, ਇਹਨਾਂ ਤੋਂ ਮੇਰੇ ਖਿਆਲ 9.5 ਸਾਲ ਦੇ ਕੈਪਟਨ ਨੇ ਕੀਤਾ ਹੋਣਾ। ਬੜੀਆਂ ਫੇਰੀਆਂ ਰੱਖੀਆਂ ਨੇ ਜੀ, ਮਤਲਬ ਹਰ ਥਾਂ ਤੇ ਸਾਈਕਲ ਤੇ ਜਾਣ ਵਾਲੇ ਬੰਦੇ, ਮੋਟਰਸਾਈਕਲਾਂ ਤੇ ਜਾਣ ਵਾਲੇ ਬੰਦੇ ਜਿਹੜੇ ਨੇ ਉਹ ਹਵਾਈ ਜਹਾਜ਼ ਉੱਡਦੇ ਰਹੇ 5 ਕਿਲੋਮੀਟਰ ਵੀ, ਇਹ ਖਬਰਾਂ ਵੀ ਪੜ੍ਹੀਆਂ ਆਪਾਂ ਵੀ, ਰਹਿ ਨਾ ਜਾਵੇ ਕੰਮ ਕੋਈ। ਅੱਛਾ ਮੈਨੂੰ ਇਹ ਦੱਸੋ ਕਿ ਭਗਵੰਤ ਮਾਨ ਇੰਟਰਵਿਊ ਖਾਸ ਖਾਸ ਬੰਦਿਆਂ ਨੂੰ ਦਿੰਦਾ, ਆਪ ਵੀ ਬੜਾ ਸੋਹਣਾ ਅੱਛਾ ਬੁਲਾਰਾ, ਚਲੋ ਕਮੇਡੀਅਨ ਬੜਾ ਤਗੜਾ, ਗੱਲ ਆਉਂਦੀ ਉਹਨੂੰ ਸਿੱਧੂ ਵਾਂਗੂ, ਵੀ ਮੈਂ 117 ਸੀਟਾਂ ਦੇ ਲੜ ਨਹੀਂ ਸਕਦਾ, ਵੀ ਜਿੱਥੇ ਹਲਕੇ ਪ੍ਰਚਾਰ ਕਰਨ ਜਾਂਦਾ ਮੈਨੂੰ ਉੱਥੇ ਹੀ ਖੜਾ ਕਰ ਦਿੰਦੇ। ਉਹ ਭਾਈ ਅੰਦਰਲੀ ਕਹਾਣੀ ਕੀ ਹੈ, ਅੱਜ ਆਮ ਆਦਮੀ ਪਾਰਟੀ ਦੇ ਲਾਲਾ ਜੀ ਫੇਰ ਆ ਰਹੇ ਨੇ, ਇੱਕ ਤੇ ਇਹ ਤਾਂ ਨਹੀਂ ਇਹਨੇ ਕਿਹਾ ਕਿ ਮੇਰੀ ਪਹਿਲਾਂ ਮੈਨੂੰ ਮੁੱਖ ਮੰਤਰੀ ਅਨਾਊਂਸਮੈਂਟ ਕਰੋ ਤੇ ਫੇਰ ਮੈਂ ਜਿਹੜਾ ਵਾ ਮੇਰਾ ਨਾਮ ਮੁੱਖ ਮੰਤਰੀ ਦੇ ਤੌਰ ਤੇ ਫੇਰ ਮੈਂ ਕਿਸੇ ਪਾਸੇ ਸੀਟ ਲੜੂੰਗਾ, ਕਿਉਂਕਿ ਮੈਂਬਰ ਪਾਰਲੀਮੈਂਟ ਦਾ ਮੇਰੇ ਖਿਆਲ 'ਚ ਇਸ ਸਮੇਂ ਦਰਮਿਆਨ ਉਹਨੂੰ ਚੋਣ ਲੜਨ ਤੋਂ ਅਸਤੀਫਾ ਦੇਣਾ ਪਊਗਾ ਨਾ। ਜਰਨੈਲ ਸਿੰਘ ਨੂੰ ਲਾਲਾ ਜੀ ਨੇ ਚਲਾਇਆ ਸੀ ਤੇ ਹਰ ਵਾਰੀ ਜਦੋਂ ਵੀ ਹਾਊਸ ਹੁੰਦਾ ਇਹ ਇੱਕੋ ਰੱਟ ਰੱਖਦਾ ਸੀ ਇਨਸਾਫ਼ ਦੇ 84 ਦੇ ਪੀੜਤਾਂ ਨੂੰ, ਤੇ ਇਸ ਕਰਕੇ ਜਿਹੜਾ ਸੀ ਖੁੱਡੇ ਲੈਣ ਲਾਇਆ ਸੀ ਤੇ ਇਹਨੂੰ ਬੋਲਣ ਤੋਂ ਬੰਦ ਕਰ। ਬਿਲਕੁਲ ਬਿਲਕੁਲ ਹਾਂ ਬਿਲਕੁਲ, ਉਹ 84 ਦੇ ਜਿੱਥੋਂ ਵੀ ਬੈਂਡਾ ਉੱਥੇ ਬੈਠ ਕੇ ਗੱਲ ਕਰਦਾ ਸੀ ਤੇ ਫਿਰ ਉਹ ਮੁੜਕੇ ਲਾਲਾ ਜੀ ਦੀ ਵੇਖੋ ਵੀ ਉਹ ਜਦੋਂ ਬਿਮਾਰ ਹੋ ਗਿਆ, ਬਿਮਾਰ ਹੋਣ ਤੋਂ ਬਾਅਦ ਉਹਦੀ ਵਾਈਫ ਤਰਲੇ ਪਾਉਂਦੀ ਰਹੀ ਵੀ ਇੱਕ ਆਕਸੀਜਨ ਸਿਲੰਡਰ ਦੇ ਦਿਓ, ਉਹ ਵੀ ਸਪਲਾਈ ਨਹੀਂ ਕੀਤਾ ਗਿਆ ਉਸ ਵਿਅਕਤੀ ਨੂੰ, ਉਹ ਵਿਚਾਰਾ ਆਕਸੀਜਨ ਤੋਂ ਬਗੈਰ ਇਸ ਦੁਨੀਆਂ ਤੋਂ ਫਾਨੀ ਸੰਸਾਰ ਤੋਂ ਕੂਚ ਕਰ ਗਿਆ। ਬੰਦਾ ਵਧੀਆ ਸੀ, ਬੁਲਾਰਾ ਅੱਛਾ ਸੀਗਾ, ਧਰਮ ਬਾਰੇ ਔਰ ਧਰਮ ਬਾਰੇ ਔਰ ਸਿਆਸਤ ਬਾਰੇ ਕਾਫੀ ਕੁਝ ਜਾਣਦਾ ਸੀਗਾ, ਕਿਉਂਕਿ ਜਦੋਂ ਉਹ ਪੱਤਰਕਾਰ ਸੀ ਉਦੋਂ ਵੀ ਸਿਆਸੀ ਟਿੱਪਣੀਆਂ ਕਰਦਾ ਹੁੰਦਾ ਸੀ, ਲਗਭਗ ਹਰ ਦੂਸਰੇ ਦਿਨ ਉਹਦੀ ਕੋਈ ਨਾ ਕੋਈ ਸਿਆਸੀ ਟਿੱਪਣੀ ਅਖਬਾਰ ਵਿੱਚ ਛਪਦੀ ਸੀ, ਅਖਬਾਰ ਬੜਾ ਉਹਦਾ ਮਾਣ ਸਤਿਕਾਰ ਕਰਦੀ ਸੀ। ਲੇਕਿਨ ਜਿੱਦਣ ਚਿਦੰਬਰਮ ਦੇ ਉੱਤੇ ਜਿਹੜੀ ਸੀ ਉਹ ਜੁੱਤੀ ਸੁੱਟੀ ਤੇ ਅਸਤੀਫਾ ਉਹਦੇ ਘਰੇ ਉਹਦੀ ਜਿਹੜੀ ਸੀ ਰਜੀ ਆਪਣਾ ਡਿਸਮਿਸਲ ਜਿਹੜੀ ਘਰੇ ਭੇਜਤੀ ਸੀ, ਭਾਈ ਤੈਨੂੰ ਆਉਣ ਦੀ ਲੋੜ ਨਹੀਂ ਹੈ, ਇਹ ਆ ਸਾਡਾ ਹਾਲ। ਹੁਣ ਜਿਹੜੀ ਗੱਲ ਤੁਸੀਂ ਕੀਤੀ ਲਾਲਾ ਜੀ ਦੀ, ਲਾਲਾ ਜੀ ਵਾਕਿਆ ਹੀ ਵਾਰ ਵਾਰ ਪੰਜਾਬ ਕਹਿ ਰਿਹਾ, ਪੰਜਾਬ ਜਿਹੜੇ ਸਰਵੇ ਕਰ ਰਹੇ ਨੇ ਵੱਖ ਵੱਖ ਉਹ ਕਹਿ ਰਹੇ ਨੇ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਬਣ ਰਹੀ ਹੈ, ਆਪ ਇੰਨੀਆਂ ਵੋਟਾਂ ਲਿਜਾ ਰਹੀ ਹੈ, ਆਪ ਇੰਨੀਆਂ ਸੀਟਾਂ ਲਿਜਾ ਰਹੀ ਹੈ। ਹੁਣ ਥੋੜਾ ਜਿਹਾ ਫਰਕ ਪਿਆ, ਜਿਹੜੇ ਸਰਵੇ ਕਰਦੇ ਸੀ ਸੀ ਵੋਟਰ ਕਰਦੇ, ਸੀ ਵੋਟਰ ਨੇ ਕਹਿਤਾ ਇੰਨੀ ਗੱਲ ਕਿ ਪਹਿਲੇ ਨੰਬਰ ਤੇ ਕਾਂਗਰਸ ਤੇ ਦੂਸਰੇ ਨੰਬਰ ਤੇ ਆਪ ਤੇ ਬਾਕੀ ਸਭ ਪਿੱਛੇ ਪਿੱਛੇ ਤੁਰੇ ਆਉਣਗੇ। ਇਸ ਕਰਕੇ ਲਾਲਾ ਜੀ ਨੂੰ ਅਜੇ ਵੀ ਆਸ ਹੈ ਕਿ ਸ਼ਾਇਦ ਜੇ ਕਿਤੇ ਸਾਨੂੰ 40 ਸੀਟਾਂ ਮਿਲ ਜਾਣ, ਬਾਕੀ ਅਸੀਂ ਬਾਕੀ ਪਾਰਟੀਆਂ ਰਲ ਕੇ ਸਰਕਾਰ ਅਸੀਂ ਬਣਾ ਸਕਦੇ, ਇਸ ਕਰਕੇ ਵਾਰ ਵਾਰ ਆ ਰਹੇ ਨੇ। ਤੇ ਲਾਲਾ ਜੀ ਦਾ ਟੀਚਾ ਮੇਨ ਇਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦਾ ਮੁੱਖ ਮੰਤਰੀ ਬਣਨ, ਲੇਕਿਨ ਅੱਜ ਉਮੀਦ ਆ ਕਿ ਭਗਵੰਤ ਮਾਨ ਨੂੰ ਜਿਹੜੀ ਆਮ ਆਦਮੀ ਪਾਰਟੀ ਜਿਹੜਾ ਵਾ ਉਹ ਮੁੱਖ ਮੰਤਰੀ ਦਾ ਚਿਹਰਾ ਅਨਾਊਂਸ ਕਰ ਦੇ। ਤੁਸੀਂ ਸਮਝਦੇ ਹੋ ਜੀ, ਕੱਲ ਦੀ ਤੇ ਪਰਸੋਂ ਦੀਆਂ ਕੁਛ ਹਰਕਤਾਂ ਜਿਹੜੀਆਂ ਸੀ ਨਾ ਭਗਵੰਤ ਮਾਨ ਦੀਆਂ ਕੁਛ ਏਦਾਂ ਦੀਆਂ ਲੱਗਦੀਆਂ ਸੀਗੀਆਂ ਕਿ ਉਹ ਬਿਲਕੁਲ ਬਕਾਇਦਾ ਤੌਰ ਤੇ ਉਹਨੂੰ ਜਿਹੜਾ ਚਿਹਰਾ ਸੁੱਚ ਕਰਦੇ, ਕਿ ਉਹਨੂੰ ਕੋਈ ਮੁੱਦਾ ਹੀ ਕੋਈ ਨੀ ਹੋਏਗਾ। ਬੜੀ ਕੋਸ਼ਿਸ਼ ਕੀਤੀ ਸੀ ਰਾਜੇਵਾਲ ਨੂੰ ਲਿਆਉਣ ਦੀ, ਰਾਜੇਵਾਲ ਨੇ ਤਾਂ ਫੜ ਕੇ ਵੱਟ ਕੱਢਦੇ। ਇਹਦਾ ਮਤਲਬ ਭਗਵੰਤ ਮਾਨ ਕਿਹੜਾ ਮੂੰਹ ਲੈ ਕੇ ਜਾਊਗਾ? ਚਲੋ ਸਵਾਲ ਇਹ ਉੱਠਦਾ, ਭਗਵੰਤ ਮਾਨ ਕਹਿੰਦਾ ਮਤਲਬ ਐਮ ਐਲ ਏ ਨੂੰ LMA ਕਹਿੰਦਾ ਰਿਹਾ, ਵਿਅੰਗ ਕਰਦਾ ਰਿਹਾ, ਆਪ ਵੀ ਸੋਸ਼ਲ ਵਰਕਰ ਖੜਾ ਹੋਇਆ, ਕਲਾਕਾਰ ਖੜਾ ਹੋਇਆ, ਉਹ ਰਾਜਨੀਤੀ ਦੀਆਂ ਜਿਹੜੀਆਂ ਮਤਲਬ ਜਿਹੜੀਆਂ ਗਲਤ ਹਰਕਤਾਂ ਸੀ ਆਪਣੇ ਕਮੇਡੀਅਨ ਦੇ ਰੂਪ ਦੇ ਵਿੱਚ ਬਣਾ ਕੇ ਹੀਰੋ ਬਣਿਆ, ਅਤੇ ਜੇ ਇਹਦੀ ਪਾਰਟੀ ਨੇ ਆਪਣੇ ਕਹੇ ਹੋਏ ਬਚਨਾਂ ਦੇ ਫੁੱਲ ਹੀ ਨਹੀਂ ਚਾੜੇ, ਹਰ ਪਾਰਟੀ ਦਾ ਜਿਹੜਾ ਕਿ ਤੁਸੀਂ ਕਹਿ ਲਓ ਕਿ ਮੈਂ ਰਹਿੰਦ ਖੂੰਹਦ ਕਿਉਂ ਕਹਾਂ, ਆਪਣੇ ਵਿੱਚ ਵਾੜ ਲਿਆ, ਰਿਸ਼ਵਤਖੋਰੀ ਤੁਹਾਡੀ ਪਾਰਟੀ ਦੀ ਉੱਤੇ ਐਲੀਗੇਸ਼ਨ ਲੱਗ ਗਏ, ਕੋਰਟ ਦੇ ਵਿੱਚ ਤੁਸੀਂ ਆਪਣੇ ਬੰਦਿਆਂ ਨੂੰ ਜਿਹੜਾ ਚੈਲੇਂਜ ਕਰ ਰਹੇ ਹੋ, ਹੁਣ ਲੈ ਕੇ ਕੇਸ ਕੀਤੇ ਜਾ ਰਹੇ ਨੇ, ਭਗਵੰਤ ਕਿਹੜਾ ਮੂੰਹ ਲੈ ਕੇ ਜਾਊਗਾ? ਚਲੋ ਇੱਕ ਹਲਕੇ ਦੇ ਵਿੱਚ ਮੰਨ ਲਿਆ, ਦੂਜੇ ਹਲਕੇ 'ਚ ਮੰਨ ਲਿਆ, ਸਾਰੇ ਹਲਕੇ ਦੇ ਲੋਕ ਤਾਂ ਨਹੀਂ ਫੁੱਲਾਂ ਦੇ ਹਾਰ ਪਾਉਣਗੇ, ਸਵਾਲ ਤਾਂ ਕਰਨਗੇ ਹੀ ਪੱਤਰਕਾਰ। ਦੇਖੋ ਸਵਾਲ ਤੇ ਪੱਤਰਕਾਰ ਨੇ ਕਰਨੇ ਆ, ਇੱਕ ਆਰਟਿਸਟ ਉੱਤੇ ਉਹਨੇ LMA ਦੀ ਜਗ੍ਹਾ LMA ਕਿਹਾ, MLA ਦੀ ਜਗ੍ਹਾ LMA ਕਿਹਾ, ਠੀਕ ਕਿਹਾ ਉਹਨੇ, ਕੋਈ ਗੱਲ ਨੀ। ਲੇਕਿਨ ਸਾਡੀ ਫਿਤਰਤ ਹੈ, ਭਗਵੰਤ ਮਾਨ ਦੀ ਜਿੱਤਣ ਦਾ ਕਾਰਨ ਹੋਰ ਕੋਈ ਨੀ ਸੀ, ਸਿਰਫ ਇਹ ਹੋਈ ਸੀ ਤੇ ਉਹ ਲੋਕਾਂ ਦਾ ਮਨੋਰੰਜਨ ਵਧੀਆ, ਮਨੋਰੰਜਨ ਬਿਲਕੁਲ ਬਿਲਕੁਲ
ਨਹੀਂ ਉਹ ਤਾਂ ਮੁਹੰਮਦ ਸਦੀਕ ਵੀ ਮੁਹੰਮਦ ਸਦੀਕ ਵੀ ਤੇ ਜਿੱਤ ਗਿਆ ਆਪਣੇ ਹੰਸਰਾਜ ਹੰਸ ਦਿੱਲੀ ਜਾ ਕੇ ਜਿੱਤ ਗਿਆ ਹੋਰ ਕਿੰਨੇ ਨੇ ਜੀ 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 ਹੁਣ ਜਿਹੜੀ ਗੱਲ ਆਪਾਂ ਇਹਦੀ ਕਰਦੇ ਇਹਨੂੰ ਲੋਕਾਂ ਨੇ ਫਿਰ ਪਸੰਦ ਕਰਨਾ ਠੀਕ ਹੈ ਜੇ ਆਪਦਾ ਚਿਹਰਾ ਦੇ ਦਿੱਤਾ ਕਿਉਂਕਿ ਇਹਦੇ ਆਪਣੇ ਸੈੱਲ ਹੈਗੇ ਪਾਰਟੀ ਦੇ ਵਿੱਚ ਜਿਹੜੇ ਲੋਕ ਕਹਿੰਦੇ ਰੂਬੀ ਕਿਉਂ ਗਈ ਰੂਬੀ ਇਹ ਕਹਿੰਦੀ ਸੀ ਵਾਰ ਵਾਰ ਵੀ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਅਨਾਉਂਸ ਕਰੇ ਤੇ ਉਹਨੂੰ ਝਾੜ ਪਈ ਤੇ ਕਹਿੰਦੀ ਚੁੱਕੋ ਅਸਤੀਫਾ ਮੈਂ ਚੱਲਣੀ ਹੈ ਕਾਂਗਰਸ ਇਸ ਕਰਕੇ ਬੇਸਿਕਲੀ ਜੋ ਮੈਂ ਸੋਚਦਾ ਵਾ ਲਾਲਾ ਜੀ ਚਾਹੁੰਦੇ ਆ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣ ਜਾ ਫਿਰ ਵੇਖੀ ਜਾਊਗਾ ਕੀ ਬਣਦਾ ਕੀ ਨਹੀਂ ਬਣਦਾ ਤੇ ਉਹ ਪੰਜਾਬ ਚ ਕੁਛ ਕਰਨਾ ਲੋਚਦੇ ਨੇ ਇਹ ਤਾਂ ਦੱਸ ਦਿੰਦਾ ਚਲੋ ਪੰਜਾਬ ਫੁੱਲ ਸਟੇਟ ਆ ਉੱਥੇ ਫੁੱਲ ਸਟੇਟ ਨਹੀਂ ਦਿੱਲੀ ਦੇ ਵਿੱਚ ਜਿਹੜੀ ਉਹਨਾਂ ਕੋਲ ਹੈਗੀ ਹੈ ਪੰਜਾਬ ਫੁੱਲ ਸਟੇਟ ਹੋ ਕੇ ਹਰ ਮਹਿਕਮਾ ਉਹਨਾਂ ਦੇ ਅੰਡਰ ਹੋਊਗਾ ਅੰਡਰ ਹੋ ਕੇ ਜੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੀ ਗੱਲ ਕਰਦੇ ਕਿਤੇ ਕਿਤੇ ਕਾਮਯਾਬ ਹੋ ਜਾਂਦੇ ਤੇ ਮੈਂ ਤੁਹਾਨੂੰ ਦੱਸਾਂ ਮੁੜ ਕੇ ਉਹਨਾਂ ਦੇ ਬਾਕੀ ਸੂਬਿਆਂ ਦੀ ਕਾਫੀ ਝੜਕ ਲਈ ਜਾਣੀ ਚਲੋ ਚੰਗੀ ਗੱਲ ਆ ਜਿਹੜਾ ਪੰਜਾਬ ਆ ਪੰਜਾਬ ਦੇਸ਼ ਦੀ ਖੜਕ ਪੁਜਾ ਤੇ ਪੂਰੇ ਦੇਸ਼ ਦੀਆਂ ਅੱਖਾਂ ਹਮੇਸ਼ਾ ਪੰਜਾਬ ਤੇ ਹੁੰਦੀਆਂ ਹਰ ਗੱਲ ਚ ਹੁੰਦੀ ਹੈ ਚਲੋ ਆਪਾਂ ਇੱਕ ਕਾਲ ਲੈ ਲੈਣੇ ਜੀ ਦੇਖਦੇ ਆ ਸਾਡੇ ਕਾਲਰ ਕੌਣ ਨੇ ਕੀ ਕਹਿਣਾ ਚਾਹੁੰਦੇ ਵੈਲਕਮ ਜੀ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਮੈਨੂੰ ਇੱਕ ਗੱਲ ਦੱਸੋ ਕੋਈ ਭਾਰਤ ਦੇ ਵਿੱਚ ਦੂਜੇ ਸੂਬੇ ਦੇ ਵਿੱਚ ਮੁੱਖ ਮੰਤਰੀ ਸੀਗਾ ਜਾਂ ਹੈ ਉਹ ਉੱਥੋਂ ਅਸਤੀਫਾ ਦੇ ਕੇ ਕਿਸੇ ਦੂਸਰੇ ਸੂਬੇ ਚ ਜਾ ਕੇ ਮੁੱਖ ਮੰਤਰੀ ਬਣਿਆ ਹੋਵੇ ਇਹ ਮੇਰੀ ਨੌਲੇਜ ਵਿੱਚ ਹੈ ਨੀ ਕਿ ਕੇਜਰੀਵਾਲ ਇਸ ਤਰ੍ਹਾਂ ਚਾਹੂਗਾ ਉਹ ਦਿੱਲੀ ਦੀ ਗੱਦੀ ਛੱਡ ਕੇ ਚਾਂਦਨੀ ਬੈਂਕਟ ਹਾਲ ਦੇ ਵਿੱਚ ਜਦੋਂ ਪੈਸੇ ਇਕੱਠੇ ਕੀਤੇ ਜਾ ਰਹੇ ਨਾ ਆਮ ਆਦਮੀ ਪਾਰਟੀ ਡਿਨਾਈ ਨੀ ਕਰ ਸਕਦੀ ਕਿ ਬਾਹਰੋਂ ਪੈਸੇ ਨਹੀਂ ਆਏ ਇੰਡੀਅਨ ਪਾਸਪੋਰਟ ਧਾਰਕਾਂ ਦੇ ਬੜਾ ਸਮਾਰਟ ਸੀ ਲਾਲਾ ਬੜੇ ਰੂਲ ਐਂਡ ਰੈਗੂਲੇਸ਼ਨ ਬਣਾਏ ਤੇ ਇਹ ਐਕਸ ਆਰਮੀ ਮੈਨ ਆ ਸਾਰਿਆਂ ਨੇ ਬਰਫਾ ਇੱਥੋਂ ਦੀਆਂ ਮਿੱਧੀਆਂ ਹੋ ਸਕਦਾ ਮਾਫ਼ ਕਰਨਾ ਕੈਪਟਨ ਸਾਹਿਬ ਗੁੱਸਾ ਕਰ ਲੈਂਦੇ ਹੁੰਦੇ ਕਿਸੇ ਵੇਲੇ ਮੇਰੀ ਗੱਲ ਦਾ ਪਰ ਮੈਨੂੰ ਲਾਈਕ ਕਰਦੇ ਫਿਰ ਦੁਬਾਰਾ ਕਾਲ ਕਰ ਲੈਂਦੇ ਮੇਰੇ ਚੰਗਾ ਗੁਣ ਹੋਊਗਾ ਅੱਜ ਵੀ ਲਾਈਕ ਕਰਦਾ ਮੇਰੇ ਇੱਕ ਮਿੰਟ ਮੇਰੇ 'ਚ ਕੋਈ ਚੰਗਾ ਗੁਣ ਹੋਊਗਾ ਤੇ ਮੈਨੂੰ ਲਾਈਕ ਕਰਦੇ ਫਿਰ ਫੋਨ ਕਰ ਲੈਂਦੇ ਰਹੇ ਨਹੀਂ ਤੇ ਮੇਰੇ ਅੱਗੇ ਬੰਦੇ ਨੂੰ ਕਿਹੜਾ ਕੋਈ ਲਾਈਕ ਕਰੇ ਵੀ ਮੂੰਹ ਦੇ ਖਰੀਆਂ ਜੀ ਆ ਅੱਛਾ ਬਰਫਾ ਇੱਥੇ ਮਿੱਧਣੀਆਂ ਪੈਸੇ ਇੱਥੇ ਕਮਾਉਣੇ ਪੈਨਸ਼ਨਾਂ ਇੱਥੋਂ ਲੈਣੀਆਂ ਭੜਾ ਫਿਰ ਦੇਸ਼ ਦਾ ਗਦਰੀ ਬਾਬੇ ਕਰਤਾਰ ਸਿੰਘ ਵਾਂਗ ਸੋਚਣਾ ਪੈਸੇ ਉੱਥੇ ਭੇਜਣੇ ਲਾਲੇ ਨੂੰ ਹਾਂਜੀ ਵੇਖ ਲਓ ਹੁਣ ਮਫਰ ਨੂੰ ਨਹੀਂ ਦਦਾ ਨਾ ਖਾਂਸੀ ਮੈਨੂੰ ਖਾਂਸੀ ਹੋਈ ਉਹਨੂੰ ਖਾਂਸੀ ਵੀ ਹੈ ਨਹੀਂ ਕਹਿਣ ਤੋਂ ਮੇਰਾ ਭਾਵ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਇੱਥੋਂ ਪੈਸਾ ਅੰਨੇਵਾਹ ਭੇਜਿਆ ਮੈਂ ਹੁਣ ਇੱਥੋਂ ਦੇ ਸਾਡੇ ਬੜੇ ਅੱਛੇ ਅੱਛੇ ਬਿਜ਼ਨਸਮੈਨ ਨੇ ਜਿਹੜੇ ਢੋਲਕੀਆਂ ਛੈਣੇ ਵਜਾਉਂਦੇ ਗਏ ਏਅਰਪੋਰਟ ਤੋਂ ਹਾਂਜੀ ਉਹ ਅੱਜ ਕੱਲ੍ਹ ਚੋਪੜੇ ਅੱਜ ਕੱਲ੍ਹ ਐਂਟੀ ਨੇ ਪਰ ਲਾਲਾ ਜੀ ਨੇ ਇੱਕ ਇੱਕ ਕਰਕੇ ਫੁੱਲ ਜਿਹੜੇ ਸੀ ਨਾ ਆਪਣੇ ਐਂ ਚੁੱਕ ਚੁੱਕ ਕੇ ਬਰੇ ਮਾਰੇ ਵੀ ਤੁਹਾਡੀ ਲੋੜ ਨਹੀਂ ਚਾਵਲਾ ਸਾਹਿਬ ਇੱਕ ਮਿੰਟ ਸੁਣੋ ਕਿਸਾਨਾਂ ਨੂੰ 20 ਪੱਖੇ ਭੇਜੇ 500 ਛੱਤਰੀ ਭੇਜੀ 50 ਮੱਛਰਦਾਨੀਆਂ ਭੇਜੀਆਂ ਮੈਂ ਸ਼ਾਇਦ ਤੁਹਾਡੇ ਵਟਸਐਪ ਤੇ ਵੀ ਪਾਉਂਦਾ ਰਿਹਾ ਹੈਗਾ ਨਹੀਂ ਚਲੋ ਉਹਨਾਂ ਦਿਨਾਂ ਤੁਸੀਂ ਮੇਰੇ ਨਾਲ ਨਾਰਾਜ਼ ਸੀਗੇ ਔਰ ਕਿਸੇ ਮਿਹਰਬਾਨੀ 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 ਥੈਂਕ ਯੂ ਹਾਂਜੀ ਇਹ ਫੇਰ ਕਾਲ ਕਰਦੇ ਨੇ ਮੈਨੂੰ ਮੇਰੇ 'ਚ ਕੋਈ ਚੰਗਾ ਗੁਣ ਜ਼ਰੂਰ ਹੋਊਗਾ ਉਹ ਕਹਿੰਦੇ ਗੁਰਦਾਸ ਮਾਨ ਦੇ ਕੀ ਤੂੰ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਜੀ ਕਿ ਇਹ ਨਾਰਥ ਈਸਟ ਕਿਸ ਸੂਬੇ 'ਚ ਵਾਪਰੀ ਜ਼ਰੂਰ ਘਟਨਾ ਲੇਕਿਨ ਮੈਨੂੰ ਇਹਦੇ ਯਾਦ ਨਹੀਂ ਕਿਹੜੀ 'ਚ ਵਾਪਰੀ ਆਪਾਂ ਉਹਦੇ ਬਾਰੇ ਕੱਲ੍ਹ ਵੀ ਗੱਲ ਕਰ ਲਾਂਗੇ ਕਿ ਕਿੱਥੇ ਵਾਪਰੀ ਦੱਸਾਂਗੇ ਤੁਹਾਨੂੰ ਲੇਕਿਨ ਪੰਜਾਬ 'ਚ ਪਹਿਲੀ ਵਾਰੀ ਹੋਊਗਾ ਵੀ ਦੂਸਰੇ ਸੂਬੇ ਦਾ ਤੇ ਦੂਸਰੀ ਸਟੇਟ ਦਾ ਮਤਲਬ ਹਰਿਆਣੇ ਦਾ ਬੰਦਾ ਜਾ ਕੇ ਦਿੱਲੀ 'ਚ ਮੁੱਖ ਮੰਤਰੀ ਬਣਿਆ ਤੇ ਦਿੱਲੀ ਦੇ ਮੁੱਖ ਮੰਤਰੀ ਜਾ ਕੇ ਪੰਜਾਬ 'ਚ ਬਣਨਾ ਚਾਹੁੰਦਾ ਤਿੰਨ ਸਟੇਟਾਂ ਨੂੰ ਮਾਲੂਮ ਹੋ ਗਈ ਨਾ ਉਹਦੇ ਵਿੱਚ ਪੰਜਾਬ ਵੀ ਹੋ ਗਈ ਹਰਿਆਣਾ ਹੋ ਗਈ ਦਿੱਲੀ ਵੀ ਹੋ ਗਈ ਕੈਪਟਨ ਸਾਹਿਬ ਇਹ ਤਾਂ ਪਿਛਲੀ ਵਾਰੀ ਵੀ ਚਰਚਾ ਸੀ ਤੇ ਐਤਕੀ ਵੀ ਚਰਚਾ ਵਾ ਪਿਛਲੀ ਵਾਰੀ ਕੀ ਕਹਿੰਦੇ ਸੀ ਵੀ ਜਦੋਂ ਇੱਥੇ ਕੇਜਰੀਵਾਲ ਸਾਹਿਬ ਆ ਜਾਣਗੇ ਤੇ ਪ੍ਰਵਾਸੀ ਜਿਹੜੇ ਲੋਕ ਉਹਨਾਂ ਦਾ ਇੱਥੇ ਰਾਜ ਹੋ ਕਰਨਗੇ ਫੁਲਕਾ ਸਾਹਿਬ ਆਪ ਵੀ ਪਿੱਛੇ ਲਾਈਨ ਮੈਂ ਖੜ ਜਾਓ ਨਾ ਸੀਐਮ ਸਾਹਿਬ ਬਿਜੀ ਹੈ ਵੀ ਇਹੋ ਜਿਹੇ ਵਿਅੰਗ ਦੱਸੇ ਗਿਆ ਸੀ ਉਸ ਟਾਈਮ ਦੇ ਉੱਤੇ ਉਹ ਚਾਹੁੰਦੇ ਚ ਕੋਈ ਸ਼ੱਕ ਵਾਲੀ ਗੱਲ ਨੀ ਮੈਂ ਵੀ ਇਹ ਚਾਹੁੰਦਾ ਵੀ ਜੇ ਕਿਤੇ ਪੰਜਾਬ ਦਾ ਭਲਾ ਕਰਨ ਵਾਲਾ ਕੋਈ ਵਿਅਕਤੀ ਮਿਲ ਜਾਵੇ ਤੇ ਚੰਗੀ ਗੱਲ ਮਾੜੀ ਗੱਲ ਕੋਈ ਨੀ ਇਹ ਤਾਂ ਲਟੇਰੇ ਨੇ ਆਪਾਂ ਅੱਗੇ ਵੀ ਡਿਸਕਸ ਕੀਤਾ ਪੱਟੀ ਸਾਹਿਬ ਚਲੋ ਇੱਕ ਗੱਲ ਹੋਰ ਆ ਗਈ ਪੱਟੀ ਸਾਹਿਬ ਸੌਰੀ ਮਜ਼ਾ ਆਉਂਦਾ ਤੁਹਾਡੇ ਨਾਲ ਗੱਲ ਜਿਹੜੀ ਪਾਰਟੀ ਟਿਕਟਾਂ ਹੀ ਝੂਠ ਦੇ ਆਧਾਰ ਤੇ ਹੁਣ ਆਈ ਸੀਗੀ ਰਾਜਨੀਤੀ ਚੇਂਜ ਕਰਨ ਤੇ ਜਿਹੜੇ ਦਲ ਬਦਲਵਾਂ ਨੂੰ ਅੰਨੇਵਾਹ ਭਰਤੀ ਕਰ ਲਿਆ ਉਹ ਕਿੱਦਾਂ ਕਲੀਅਰ ਹੋ ਸਕਦੀ ਹੈ ਕਿੱਦਾਂ ਉਹ ਬੜੀ ਦੁੱਧ ਧੋਤੀ ਹੋ ਸਕਦੀ ਹੈ ਉਹਦਾ ਸੁਪਨਾ ਕੁਝ ਸਿਆਸਤ ਚੇਂਜ ਕਰਨ ਦਾ ਸੀ ਪਹਿਲਾਂ ਵੀ ਤੇ ਲੋਕ ਗਰੀਬ ਘਰਾਂ ਦੇ ਖੜੇ ਕੀਤੇ ਜਿੱਤੇ ਹੀ ਨਾ
ਉਹਦਾ ਫੈਸਲਾ ਲੋਕੀ ਕਰ ਦੇਣਗੇ, ਚਿੰਤਾ ਨਾ ਕਰੋ। ਉਹਦਾ ਕਾਰਨ ਸਿਰਫ ਇਹ ਆ ਕਿ ਜੇ ਤੁਸੀਂ ਆਪਣੇ ਉਮੀਦਵਾਰ ਅੱਜ ਦੀ ਡੇਟ ਦੇ ਵਿੱਚ ਮੈਂ ਕਹਾਂ ਮੈਂ ਇਲੈਕਸ਼ਨ ਵਿੱਚ ਜਿੰਨੀ ਮਰਜ਼ੀ ਮੇਰੀ ਪਾਪੂਲੈਰਿਟੀ ਹੋਵੇ, ਮੈਂ ਇਲੈਕਸ਼ਨ ਚ ਖੜ ਜਾਵਾਂ ਤੇ ਮੈਨੂੰ ਲੋਕਾਂ ਦੀ ਵੋਟਾਂ ਨਹੀਂ ਪਾਉਣੀਆਂ ਕਿ ਮੇਰੇ ਪੱਲੇ ਕੁਛ ਨਹੀਂ ਹੈਗਾ। ਸਰਕਾਰ ਨੇ ਵੀ, ਚੋਣ ਕਮਿਸ਼ਨ ਨੇ ਵੀ ਕਹਿਤਾ ਭਾਈ ਜਿੱਥੇ 20 ਲੱਖ ਖਰਚ ਕਰਦੇ ਸੀ ਉੱਥੇ ਤੁਸੀਂ 30 ਲੱਖ ਖਰਚ ਕਰ ਲਓ, ਜਿੱਥੇ ਤੁਸੀਂ 30 ਲੱਖ ਕਰਦੇ ਸੀ ਉੱਥੇ 45 ਲੱਖ ਖਰਚ ਕਰ ਲਓ, ਜਿੱਥੇ ਤੁਸੀਂ 70 ਲੱਖ ਖਰਚ ਕਰਦੇ ਉੱਥੇ 95 ਲੱਖ ਖਰਚ ਕਰ ਲਓ। ਮਹਿੰਗਾਈ ਹੋ ਗਈ ਨਾ ਕੋਵਿਡ-19 ਕਰਕੇ, ਤੇ ਮੇਰੇ ਵਰਗੇ ਬੰਦੇ ਕੋਲ ਤੇ 9,500 ਰੁਪਇਆ ਨੀ, ਤੇ ਮੈਂ ਕਿੱਥੋਂ 95 ਲੱਖ ਖਰਚ ਕਰ ਲੂੰਗਾ। ਇਸ ਕਰਕੇ ਕੁਛ ਕੁ ਲੋਕਾਂ ਨੂੰ ਮਜਬੂਰੀਆਂ ਵੀ ਨੇ ਭਾਈ, ਇਹਨਾਂ ਬੰਦਿਆਂ ਨੂੰ ਟਿਕਟ ਦੇ ਦਿਓ, ਇਹਨਾਂ ਦਾ ਥੋੜਾ ਬਹੁਤਾ ਬਾਕੀ ਨੂੰ ਚਿਹਰਾ ਮੋਹਰਾ ਸਾਫ ਆ, ਜਦੋਂ ਤੁਹਾਨੂੰ ਪਤਾ ਨਾ ਵੀ ਅਗਲੇ ਪਾਸੇ ਡੰਡਾ ਹੋਵੇ ਤੇ ਬਾਕੀ ਫਿਰ ਆਪਣੇ ਥੱਲੇ ਸਿੱਧੇ ਹੋ ਜਾਂਦੇ ਹੁੰਦੇ ਆ, ਤੇ ਜਦੋਂ ਉੱਪਰ ਹੀ ਬੜਾ ਕੁਛ ਹੁੰਦਾ ਤੇ ਥੱਲੇ ਤੁਸੀਂ ਕੀ ਕਰੋਗੇ। ਚਲੋ ਉਹ ਤਾਂ ਠੀਕ ਹੈ ਵੀ ਜੇਤੂਆਂ ਨੂੰ ਦੇ ਦਿਓ, ਪਰ ਅੰਦਰ ਖਾਤੇ ਜਿਹੜੇ ਕਰੋੜਾਂ ਇਕੱਠੇ ਕੀਤੇ ਜਾ ਰਹੇ ਨੇ ਉਹ ਖੁਲਾਸੇ ਹੋ ਰਹੇ ਨੇ ਉਹ। ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਆ ਵੀ ਬਕਾਇਦਾ ਤੌਰ ਤੇ ਗੁਰਤੇਜ ਸਿੰਘ ਪੰਨੂ ਨੇ ਇਹ ਗੱਲ ਕਹੀ ਹੈ, 50 ਹਲਕਿਆਂ ਦੇ ਬੂਸ ਲਾਏ ਉਹਨੇ ਉਹਨੇ ਕਿ 50 ਹਲਕਿਆਂ ਤੋਂ ਟਿਕਟਾਂ ਜਿਹੜੀਆਂ ਬਕਾਇਦਾ ਤੌਰ ਤੇ ਪੈਸੇ ਲੈ ਕੇ ਦਿੱਤੀਆਂ, ਤੇ ਆਪਾਂ ਉਹਨੂੰ ਕਿਹਾ ਭਾਈ ਪ੍ਰੂਫ ਦਿਓ ਫਿਰ ਗੱਲ ਬਣਦੀ ਆ। ਦੂਸਰਾ ਬੜੇ ਸੌਖੇ ਸਾਬਤ ਕਰਨੇ ਬੜੇ ਔਖੇ ਹੁੰਦੇ। ਬਿਲਕੁਲ ਚਲੋ ਕਾਲ ਲੈ ਲਈਏ। ਹੈਲੋ ਜੀ, ਹਾਂਜੀ, ਸਤਿ ਸ੍ਰੀ ਅਕਾਲ ਜੀ। ਆਓ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਾਹਿਬ। ਪੱਟੀ ਸਾਹਿਬ, ਪਿਛਲੇ 3 ਮਹੀਨਿਆਂ ਦੇ 2-3 ਮਹੀਨਿਆਂ ਦੇ ਵਿੱਚ 3 ਡਿਸੀਜ਼ਨ ਦਿੱਤੇ ਨੇ ਹਾਈ ਕੋਰਟ ਨੇ। ਜੀ 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 ਜੀ। ਪਹਿਲਾ ਦਾ ਫੈਸਲਾ ਦਿੱਤਾ ਸੀਗਾ ਆਪਣੇ ਉਹ DGP ਬਾਰੇ, ਸੈਣੀ ਬਾਰੇ, ਬਲੈਂਕਟ ਬੇਲ ਮੈਂ ਪਹਿਲੀ ਵਾਰੀ ਸੁਣੀ ਹੈ। ਜੀ ਜੀ। ਦੂਜਾ ਰਾਜਾ ਬੜਿੰਗ ਤੇ ਜਦੋਂ ਬੱਸਾਂ ਛੱਡੀਆਂ ਸੀ ਹਾਈ ਕੋਰਟ ਨੇ ਉਹ। ਤੀਜਾ ਹੁਣ ਇਹਦਾ ਬਿਕਰਮਜੀਤ ਸਿੰਘ ਮਜੀਠੀਆ ਦਾ, ਜਦੋਂ ਇਹ ਧਰਾਵਾਂ ਲੱਗਿਆ ਸੀ, ਮੇਰਾ ਖਿਆਲ ਤੁਸੀਂ ਵੀ ਇਸ ਸਟੇਜ ਤੇ ਕਿਹਾ ਸੀਗਾ ਕਿ ਇਹਨੂੰ ਜ਼ਮਾਨਤ ਮਿਲਣੀ ਬੜੀ ਮੁਸ਼ਕਲ ਹੈ। ਜੀ ਜੀ। ਅੱਛਾ, ਹਰ ਬੰਦਾ ਜਿਹੜਾ ਕਾਨੂੰਨ ਦਾ ਇਹੋ ਸਮਝਦਾ ਸੀਗਾ, ਪਰ ਇਹ ਤਿੰਨਾਂ ਦੇ ਵਿੱਚ ਹੀ ਹੋ ਗਿਆ। ਇਹਦਾ ਮਤਲਬ ਬਿਊਰੋਕਰੇਸੀ ਤੇ ਫਰਕ ਹੈ ਜਾਂ ਹਾਈ ਕੋਰਟ ਦੇ ਜੱਜਾਂ ਦੇ ਵਿੱਚ ਫਰਕ ਹੈ, ਮੈਨੂੰ ਸਮਝ ਨਹੀਂ ਆਈ ਵੀ ਇਹ ਸਟੇਟ ਕਿਹੜੇ ਪਾਸੇ ਜਾ ਰਹੀ ਹੈ। ਕੀ ਬਾਤ, ਇਹਦੇ ਬਾਰੇ ਦੱਸੋ। ਹਾਂਜੀ ਪੱਟੀ ਸਾਹਿਬ, ਸੁਪਰੀਮ ਕੋਰਟ ਨੇ ਬਕਾਇਦਾ ਤੌਰ ਤੇ ਕੇਂਦਰ ਦੀ ਖਿਚਾਈ ਇਸੇ ਕਰਕੇ ਕੀਤੀ ਹੈ। ਸੁਪਰੀਮ ਕੋਰਟ ਵਿੱਚ ਪਟੀਸ਼ਨ ਪਈ ਸੀ ਐਡਵੋਕੇਟ ਮਨਿੰਦਰ ਸਿੰਘ ਵੱਲੋਂ, ਭਾਈ ਜਿਹੜੀ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀਆਂ ਜੋ ਕੁਛ ਆ ਉਹ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ, ਤੇ ਸੁਪਰੀਮ ਕੋਰਟ ਨੇ ਇਹ ਗੱਲ ਕਹਿਤੀ ਵੀ ਜਿਹੜੀ ਹੈ ਪੰਜਾਬ ਸਟੇਟ ਨੇ ਕਮੇਟੀ ਬਣਾਈ ਆ ਉਹ ਵੀ ਭੰਗ ਕਰ ਦਿਓ, ਜਿਹੜੀ ਸੈਂਟਰ ਨੇ ਬਣਾਈ ਉਹ ਵੀ ਬੰਦ ਆਪਣਾ ਕੰਮ ਰੋਕ ਦੇਵੇ। ਲੇਕਿਨ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਬਕਾਇਦਾ ਤੌਰ ਤੇ ਜਿਹੜੀ ਸੈਂਟਰ ਕਮੇਟੀ ਬਣੀ ਸੀ ਉਹਨਾਂ ਨੋਟਿਸ ਜਾਰੀ ਕੀਤੇ 7 ਪੰਜਾਬ ਦੇ ਅਧਿਕਾਰੀਆਂ ਨੇ, ਤੇ ਕੱਲ ਉਹਨਾਂ ਫਿਰ ਪੂਰੀ ਝਾੜ ਪਾਈ ਸੁਪਰੀਮ ਕੋਰਟ ਨੇ ਵੀ ਤੁਸੀਂ ਆਪਣੇ ਨੂੰ ਸਮਝਦੇ ਕੀ ਹੋ। ਸੁਪਰੀਮ ਕੋਰਟ ਕੁਛ ਨੀ, ਫਿਰ ਸੁਪਰੀਮ ਕੋਰਟ ਤੁਹਾਨੂੰ ਕੀ ਕਹਿ ਰਹੀ ਹੈ, ਤੇ ਜਿਹੜਾ ਸਰਕਾਰ ਦਾ ਵਕੀਲ ਸੀਗਾ ਉਤਲ ਨੰਦਾ ਉਹ ਕਹਿੰਦਾ ਨਹੀਂ ਜੀ ਇਹ ਪਹਿਲਾਂ ਨੋਟਿਸ ਜਾਰੀ ਹੋਏ ਸੀ, ਕਿਉਂ ਜਾਰੀ ਹੋਏ ਸੀ ਜਿਹਨੇ ਪਹਿਲਾਂ ਨੂੰ ਕਹਿ ਦਿੱਤਾ ਗਿਆ ਸੀ, ਤੁਸੀਂ ਕੀ ਸਮਝਦੇ ਹੋ ਆਪਣੇ ਆਪ ਨੂੰ। ਇਸ ਕਰਕੇ ਉਹਨੇ ਕਿਹਾ ਜੀ ਸਾਰੇ ਕੰਮ ਅਸੀਂ ਕਰਨੇ ਆ ਤੇ ਸਾਡੇ ਤੇ ਰਹਿਣ ਦਿਓ, ਕਰਾਂਗੇ ਅਸੀਂ ਕੋਈ ਗੱਲ ਨੀ। ਜੀ। ਅੱਜ ਦੀ ਡੇਟ ਦੇ ਵਿੱਚ ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਤੋਂ ਬਿਲਕੁਲ ਵਿਸ਼ਵਾਸ ਉੱਠ ਚੁੱਕਿਆ, ਜਿਹੜੀ ਗੱਲ ਤੁਸੀਂ ਕੀਤੀ ਮਜੀਠੀਏ ਦੀ, ਤੁਸੀਂ ਬਲੈਂਕਟ ਬੇਲ ਦੀ ਗੱਲ ਕੀਤੀ, ਬਿਲਕੁਲ ਸਹੀ ਗੱਲ ਆ, ਇਹ ਬੇਲ ਪਹਿਲੀ ਵਾਰੀ ਏਦਾਂ ਦੀ ਮਿਲੀ। ਸੌਦਾ ਸਾਹਿਬ ਦੀ ਪੁੱਛ ਕੇ ਜਿਹੜੀ ਪ੍ਰੋਡਕਸ਼ਨ ਵੰਡ ਤੇ ਰੋਕ ਲਾਈ ਉਹ 22 ਅਪ੍ਰੈਲ ਤੱਕ ਲਾਤੀ, ਅਗਲੀ ਤਰੀਕ 22 ਤਰੀਕ ਤੱਕ ਗੱਲ ਕਰਾਂਗੇ ਆਪਾਂ। ਇਹ ਸਾਡੇ ਦੇਸ਼ ਦੇ ਵਿੱਚ ਕਾਨੂੰਨ ਮੋਮ ਦਾ ਨੱਕ ਜਿਸ ਪਾਸੇ ਮਰਜ਼ੀ ਮਰੋੜ ਲਓ, ਮਜੀਠੀਏ ਨਾਲੋਂ ਗੁਨਾਹ ਜਿਹੜਾ ਬਕਾਇਦਾ ਤੌਰ ਤੇ ਆਪਣੇ ਸੁਖਪਾਲ ਸਿੰਘ ਖਹਿਰੇ ਦਾ ਏਡਾ ਵੱਡਾ ਗੁਨਾਹ ਨਹੀਂ ਹੈਗਾ, ਉਹ ਅੰਦਰ ਅੰਦਰ ਜਿਹਦੇ ਤੇ ਸੰਗੀਨ ਦੋਸ਼ ਲੱਗੇ, ਬਕਾਇਦਾ ਤੌਰ ਤੇ FIR ਦਰਜ ਹੋ ਕੇ 27A ਧਾਰਾ ਲਾਈ ਗਈ ਤੇ ਫਿਰ ਵੀ ਉਹਨੂੰ ਜ਼ਮਾਨਤ ਦੇ ਦਿੱਤੀ ਸਿਰਫ ਹਾਈ ਕੋਰਟ ਨੇ, ਜਿਹਦੇ ਵਿੱਚ ਕੀ ਕਾਰਨ ਦੱਸਿਆ ਤਾਂ ਪਤਾ ਹੀ ਸਰ। ਮੈਂ ਅੱਗੇ ਵੀ ਗੱਲ ਕੀਤੀ ਸੀ ਭਾਵੇਂ ਉਹ ਬੀਬੀ ਬਹੁਤ ਸਖਤ ਆ, ਲੀਜਾ ਗੱਲ ਜਿਹੜੀ ਬਹੁਤ ਸਖਤ ਆ, ਲੇਕਿਨ ਚਰਚਾ ਇਸ ਗੱਲ ਦੀ ਅਸੀਂ ਨੀ ਕਹਿੰਦੇ, ਗੱਲ ਚਰਚਾ ਲੋਕਾਂ ਚ ਹੈ ਵੀ ਜਸਟਿਸ HS ਬਰਾੜ ਦੀ ਬੇਟੀ ਹੈ ਤੇ HS ਬਰਾੜ ਤੇ ਬੜਾ ਤਕੜਾ ਇਹਸਾਨ ਕੀਤਾ ਸੀ ਬਾਦਲ ਪਰਿਵਾਰ। ਦੱਸ, ਚਲੋ ਹੋ ਗਿਆ ਕੰਮ ਬਰਾਬਰ ਉਧਰ ਬਾਦਲ ਪਰਿਵਾਰ ਨੇ। ਮੈਂ ਵੀ ਕਹਿ ਦਿਆ ਜੀ, ਇਹ ਵੀ ਦੱਸਿਆ ਤੁਹਾਨੂੰ ਮੈਂ, ਜਿਹੜੇ ਸਾਡੇ ਥੱਲੇ ਦੇ ਛੋਟੇ ਜੱਜ ਨੇ
ਉਹ ਬਕਾਇਦਾ ਤੌਰ ਤੇ ਐਲਐਲਬੀ ਕਰਦੇ ਆ ਤੇ ਟੈਸਟ ਪਾਸ ਕਰਕੇ ਆਉਂਦੇ ਆ। ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਦਾ ਕੋਈ ਟੈਸਟ ਬੰਦ ਕਰ ਕੋਈ ਟੈਸਟ ਨਹੀਂ ਹੁੰਦਾ, ਲੱਖਣ ਗੱਲ ਨੀ। ਉਹਨਾਂ ਦੀ ਚੋਣ ਸੀਨੀਅਰ ਵਕੀਲ ਜਿਹੜੇ ਸਰਕਾਰ ਦੇ ਪਿੱਠੂ ਹੁੰਦੇ ਆ ਜਾਂ ਕੋਈ ਦੂਜੇ ਥੋੜੇ ਜਿਹੇ ਹੁੰਦੇ ਆ, ਪੈਸੇ ਵਾਲੇ ਹੁੰਦੇ ਜਾਂ ਕਿਸੇ ਤਰੀਕੇ ਦੇ ਹੁੰਦੇ ਆ, ਉਹਨਾਂ ਦੀ ਚੋਣ ਕਰ ਲਈ ਜਾਂਦੀ ਵੀ ਇਹਨੂੰ ਜੱਜ ਬਣਾਇਆ ਜਾ ਰਿਹਾ। ਉਹਨਾਂ ਦਾ ਟੈਸਟ ਨਹੀਂ ਹੋਣਾ ਚਾਹੀਦਾ, ਉਹ ਵੀ ਇੱਕ ਜਿੰਮੇਵਾਰ ਪੋਸਟ ਤੇ ਬੈਠ ਰਹੇ ਨੇ, ਉਹਨਾਂ ਦਾ ਟੈਸਟ ਕੋਈ ਨੀ। ਉਹ ਸਿਰਫ ਵਕੀਲਾਂ ਚੋਂ ਬਣਾ ਕੇ ਫਿੱਟ ਕੀਤੇ ਤੇ ਵਕੀਲਾਂ ਦੇ ਵਿੱਚ ਆਪਣੇ ਫਿਰ ਸਭ ਧਿਆਣੀ ਬੜੀਆਂ ਹੁੰਦੀਆਂ ਤੇ ਕਈ ਕੁਛ ਕਰਨਾ ਪੈਂਦਾ। ਲੀਜ਼ਾ ਗਿੱਲ ਸਖ਼ਤ ਬਹੁਤ ਆ, ਲੀਜ਼ਾ ਗਿੱਲ ਡਿਸਟ੍ਰਿਕਟ ਦੀ ਜ਼ਮਾਨਤ ਦਿੱਤੀ, ਉਹਨੂੰ ਜ਼ਮਾਨਤ ਨੀ ਕਿਹਾ ਜਾ ਸਕਦਾ। ਚਲੋ ਆਪਾਂ ਸ਼ਰਤਾਂ ਦੇ ਆਧਾਰ ਤੇ ਜ਼ਮਾਨਤ ਦਿੱਤੀ ਬਕਾਇਦਾ ਤੌਰ ਤੇ। ਇਹ ਵੀ ਕਹਿਤਾ ਸਿੱਟ ਨੂੰ, ਭਾਈ ਜੇ ਤੁਹਾਨੂੰ ਲੋੜ ਪਵੇ ਜੀ ਰਿਮਾਂਡ ਲੈਣ ਦੀ, ਰਿਮਾਂਡ ਲੈ ਕੇ ਤੁਸੀਂ ਇਹਦੀ ਸਖ਼ਤੀ ਨਾਲ ਪੁੱਛ ਪੜਤਾਲ ਕਰ ਸਕਦੇ ਹੋ ਤੁਸੀਂ। ਗ੍ਰਿਫਤਾਰ ਕਰਨ ਨੂੰ ਤਿਆਰ ਨੀ, ਬਦਲੀਆਂ ਹੋ ਗਈਆਂ ਤਿੰਨ ਹੇਠ ਉੱਤੇ, ਹੁਣ ਜਿਹੜੀ ਸਿੱਟ ਬਣੀ ਆ, ਸਿੱਟ ਤਾਂ ਵੈਸੇ ਮਸਲਾ ਸੁੱਟਣ ਵਾਸਤੇ ਬਣੀ ਹੁੰਦੀ ਆ, ਸਿੱਟ ਨੇ ਕੀ ਕਿੱਥੋਂ ਤੱਕ ਸਖਤੀ ਕਰਨੀ ਆ? ਜਿਹੜੀ ਡੀਜੀਪੀ ਦੀ ਗੱਲ ਕਰਦੇ ਤੁਸੀਂ ਇਕਬਾਲ ਦੀ ਸੋਤੇ ਦੀ, ਉਹਦਾ ਬਦਲਿਆ ਕਰਕੇ ਦਿੱਤੀ, ਉਹਨੇ ਜਿਹੜਾ ਇੱਕ ਡੀਜੀਪੀ ਅਸਥਾਨਾ ਉਹਦੀ ਚਿੱਠੀ ਰਿਲੀਜ਼ ਕੀਤੀ ਸੀ। ਉਹ ਸਰਕਾਰੀ ਭੇਦ ਗੁਪਤ ਰੱਖਣ ਦੀ ਬਕਾਇਦਾ ਤੌਰ ਤੇ ਲੰਘਣਾ ਸੀ, ਜਿਹਦੇ ਕਰਕੇ ਉਹਨੂੰ ਬਦਲਿਆ ਗਿਆ। ਸ਼ੜਿਆਂਤਰ ਜਦੋਂ ਸ਼ੜਿਆਂਤਰ ਰਚਿਆ ਜਾਂਦਾ ਨਾ, ਬੜੇ ਬੜਾ ਬੜਾ ਕੁਝ ਪਿਆ ਵਾ, ਬੜੇ ਬੜੇ ਦਿਮਾਗ ਪਏ ਉੱਥੇ। ਤੇ ਚੱਟੋਪਾਧਿਆ ਨੂੰ ਲਿਆਂਦਾ ਸੀ ਤੇ ਚੱਟੋਪਾਧਿਆ ਉਸ ਘੇਰੇ ਯੂਪੀਐਸਸੀ ਦੇ ਘੇਰੇ ਚ ਨਹੀਂ ਛੱਡਣ ਲਾਤਾ ਇਹਨਾਂ ਨੇ ਕੋਈ ਗੱਲ ਨੀ। ਇਹ 31 ਮਾਰਚ 2022 ਨੂੰ ਰਿਟਾਇਰ ਹੋ ਰਿਹਾ ਤੇ ਬਕਾਇਦਾ ਤੌਰ ਤੇ ਕਿਹਾ ਗਿਆ ਸੀ ਜਿਹੜਾ ਪੈਨਲ ਤੁਸੀਂ ਭੇਜਿਆ ਵਾ 5 ਅਕਤੂਬਰ ਨੂੰ ਉਹਦੇ ਘੇਰੇ ਚ ਨਹੀਂ ਆਉਂਦਾ। ਉਹ ਕਹਿੰਦੇ ਸੀ ਤੁਹਾਨੂੰ ਚਿੱਠੀ ਲਿਖੀ ਅਸੀਂ 30 ਤੋਂ ਕੰਸਿਡਰ ਕਰ ਲਓ, 30 ਸਤੰਬਰ ਤੋਂ ਕੰਸਿਡਰ ਕਰ ਲਓ ਇਹਨੂੰ ਤੁਸੀਂ। ਉਹ ਕਹਿੰਦੇ ਨਹੀਂ 5 ਤੋਂ ਕਰਾਂਗੇ, 5 ਦੇ ਘੇਰੇ ਚ ਨਹੀਂ ਆਇਆ ਤੇ ਫਿਰ ਡੀਜੀਪੀ ਇਸ ਕਰਕੇ ਬਦਲਣਾ ਪਿਆ ਜੀ। ਮੇਰਾ ਕਾਲਰ ਨੇ ਪਟੀ ਸਾਹਿਬ, ਕੇਜਰੀਵਾਲ ਨੇ ਕੋਈ ਵੀ ਬੰਦਾ ਆਪਣਾ ਜਿਹੜਾ ਇਹਨੂੰ ਖਤਰਾ ਸੀ ਜੇ ਤੋਂ ਜਾਂ ਕੋਈ ਸਿਆਣਾ ਸੀ ਆਪਣੀ ਲਾਈਨ ਟੋਕ ਕਰਦਾ ਸੀ, ਕੋਈ ਵੀ ਲੈਣ ਦਾ ਕੰਵਰ ਸੰਧੂ ਜੀ, ਧਰਮਵੀਰ ਗਾਂਧੀ ਹੁਣੀ, ਦਿੱਲੀ ਵਾਲਾ ਵਕੀਲ ਸੀ ਹਿਰਮ ਸਿੰਘ ਸ਼ੇਰਗਿੱਲ ਸੀ, ਔਰ ਜਰਨੈਲ ਸਿੰਘ ਨੂੰ ਵੀ ਇਹਨੇ ਕੁੰਝੇ ਲਾਇਆ ਕਿਉਂਕਿ ਉਹ ਆਪਣੀ ਲਾਈਨ ਟੋਕ ਕਰਦਾ ਸੀ, ਉਹ ਇੰਡੀਪੈਂਡੈਂਟ ਸੋਚ ਸੀ, ਬੜਾ ਦਲੇਰ ਬੰਦਾ ਸੀ, ਉਹਨੇ ਸਾਰਾ ਕੁਝ ਆਪਣੇ ਅੱਡੇ ਤੇ ਹੰਡਾਇਆ ਸੀ, ਔਰ ਚੁਣ ਕੇ ਲਿਆ ਕੇ ਰੱਖਿਆ ਸਾਹਮਣੇ, ਡੁਪਲੀਕੇਟ ਜਰਨੈਲ ਸਿੰਘ ਲਿਆ ਦਾ ਜੀ, ਘੋੜਾ ਦਮੀ ਜਰਨੈਲ ਸਿੰਘ ਹੈਗਾ ਜੀ, ਹੋਰ ਆਪਣੇ ਕੋਲ 3-4 ਨੇ, ਕਾਲ ਲੈ ਲਈਏ ਪਹਿਲਾਂ। ਡਾਕਟਰ ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ, ਭੱਟੀ ਸਾਹਿਬ ਦੇ ਜਾਲਾ ਜੀ, ਸਤਿ ਸ੍ਰੀ ਅਕਾਲ ਜੀ। ਮੈਂ ਭੱਟੀ ਸਾਹਿਬ ਨੂੰ ਪੁੱਛਣਾ ਸੀ ਵੀ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਆਪਣਾ ਮਜੀਠੀਆ ਜੋ ਗੱਲਾਂ ਕਰ ਰਿਹਾ ਹੈ ਉਹਨੂੰ ਮੁੜ ਕੇ ਕੋਰਟ ਚੈਲੰਜ ਨਹੀਂ ਕਰ ਸਕਦਾ? ਉਹ ਕਈ ਕੁਛ ਹੀ ਬੋਲ ਗਿਆ ਜੀ, ਬਗੜਵਾਟ ਕਈ ਕੁਛ ਹੀ ਬੋਲ ਗਿਆ, ਉਹਨੂੰ ਚੈਲੰਜ ਨਹੀਂ ਹੋ ਸਕਦਾ ਵੀ ਇਹ ਕੀ ਐਂਟੀਸਪੇਟ ਦੀ ਬੇਲ ਜੀ? ਮਿਹਰਬਾਨੀ, ਹਾਂਜੀ ਜਿਹੜੀ ਗੱਲ ਤੁਸੀਂ ਕਹੀ ਆ ਜੀ, ਸਭ ਕੁਛ ਹੋ ਸਕਦਾ, ਬਿਲਕੁਲ ਹੋ ਸਕਦਾ ਵਾ, ਪਰ ਕਰੇ ਕੌਣ? ਕਰਨ ਵਾਲਿਆਂ ਦੇ ਬਕਾਇਦਾ ਤੌਰ ਤੇ ਮਜੀਠੀਆ ਜੇ ਉੱਥੇ ਬਹਿ ਕੇ ਇੰਨੀ ਗੱਲ ਕਹਿੰਦਾ, ਜਿੱਥੇ ਮੈਂ ਸੀਗੇ ਰੰਧਾਵੇ ਨੂੰ ਪਤਾ ਸੀ, ਚੰਨੀ ਨੂੰ ਪਤਾ ਮੈਂ ਕਿੱਥੇ ਬੈਠਾ ਵਾ, ਤੇ ਰੰਧਾਵਾ ਕਹਿੰਦਾ ਵੀ ਜੇ ਇੰਨਾ ਹੀ ਸੱਚਾ ਸੁੱਚਾ ਸੀ ਤੇ 20 ਦਿਨ ਅੱਗੇ ਲੱਗ ਕੇ ਭੱਜਾ ਕੇ ਫਿਰਦਾ ਰਿਹਾ। ਇਹਦੇ ਵਿੱਚ ਕਈ ਗੱਲਾਂ ਹੈਗੀਆਂ ਜੀ, ਸਾਰੇ ਲੋਕ ਸਮਝਦੇ ਨੇ, ਇਹਨਾਂ ਦੀ ਨਾਨੀ ਦੁੱਧ ਜਿਹੜੀਆਂ ਸਾਰੇ ਇੱਕੋ ਹੀ ਹੁੰਦੀ ਹੈ ਪੰਜਾਬੀ ਚ, ਮੈਂ ਕਹਾਂ ਜੀ ਨਹੀਂ, ਉਹ ਤੇ ਕਹਿੰਦਾ ਮੈਨੂੰ ਪਤਾ ਸੀਗਾ, ਚੰਨੀ ਨੂੰ ਵੀ ਪਤਾ ਸੀ ਤੇ ਸਿੱਧੂ ਨੂੰ ਪਤਾ ਸੀਗਾ ਤੇ ਮੈਂ ਜਿੱਥੇ ਸੀਗਾ ਪਤਾ ਸੀ ਇਹਨਾਂ ਨੂੰ, ਕਹਿੰਦਾ। ਹੁਣ ਜਿਹੜੇ ਸਾਡੇ ਧਰਮਵੀਰ ਗਾਂਧੀ ਹੈ, ਧਰਮਵੀਰ ਗਾਂਧੀ ਨੂੰ ਰਾਜੇਵਾਲ ਸਾਹਿਬ ਨੇ ਅਪਰੋਚ ਕੀਤੀ ਸੀ, ਭਾਈ ਤੁਸੀਂ ਸਾਡੇ ਵਾਲੇ ਪਾਸੇ ਆ ਕੇ ਇੱਥੋਂ ਇਲੈਕਸ਼ਨ ਲੜੋ। ਉਹਨਾਂ ਨੇ ਆਪਣੀ ਵਾਲ ਤੇ ਪਾ ਦਿੱਤਾ ਵੀ ਭਾਈ ਇੱਕ ਤੇ ਮੇਰੀ ਸਿਹਤ ਠੀਕ ਨਹੀਂ, ਮੈਂ ਬਿਮਾਰੀ ਆ ਤੇ ਮੇਰੀ ਇੱਕ ਉਮਰ ਦਾ ਤਕਾਜ਼ਾ। ਦੂਸਰਾ ਚੀਜ਼ ਪੁੱਛੋ ਕਹਿੰਦਾ ਵੀ ਸਭ ਤੋਂ ਗੰਦੀ ਗੇਮ ਸਿਆਸਤ ਆ, ਉਹ ਤੇ ਬੜੇ ਇਸ ਗੰਦੀ ਗੇਮ ਚ ਨਹੀਂ ਪੈਣਾ ਚਾਹੁੰਦਾ,
मैं इलेक्शन बिल्कुल नहीं लड़नी, मैं सियासत तो संन्यास लेना वा, लेकिन मैं गांधी हाँ, गांधी की कांग्रेस को प्यार करदा, मैं गांधी की कांग्रेस की सपोर्ट करू चंगे उम्मीदवार। अच्छा, आम आदमी पार्टी च रह के हुण गांधी याद आ गया ते ओशो हुण सुनिया? जी 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 जी, शेक्सपियर ने तो पहले ही कहता सी स्काउंडलर इन्हां नूं, इन्ना पढ़िया लिखिया डॉक्टर मेरे वगार का अनपढ़ नूं पता है भी ये तो राजनीति बड़ी गंदी आ। गांधी साहब चलो खैर नहीं की कही है, उनकी देर है दुरुस्त आए वाली गल कह सकते हैं ना। हाँ जी, मौसम किदां दा पंजाब च दसो तुसीं मैनूं, COVID-19 दे बारे की है? ओमिक्रॉन जिहड़ी आ थोड़ी थोड़ी धुंद हैगी आ, उम्मीद आ कि होर 2 घंटे तक धुप निकल आएगी। ਹੁਣ ਬਰਸਾਤ ਕਾਫੀ ਹੋ ਗਈ ਐਤਕੀ, ਇੱਥੇ ਬਰਸਾਤ ਹੋਣ ਆਲੂ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਵਾ, ਤੇ ਅਸੀਂ ਚਾਹੁੰਦੇ ਸੀ ਨਾ ਹੋਵੇ, ਕਿਉਂ ਅੱਜ ਦੀ ਡੇਟ ਦੇ ਵਿੱਚ ਜਿਹੜੇ ਨਵੇਂ ਪਲਾਓ ਆਏ ਨਾ, ਜਿਹੜੇ 7800 ਟਰੈਕਟਰ ਖਿੱਚਦੇ ਆ, ਉਹਦੇ ਨਾਲ ਕੀਤਾ ਇੱਕ ਲੇਅਰ ਜੰਮੀ ਸੀ ਜਿਹੜੀ ਧਰਤੀ ਦੇ ਵਿੱਚ, ਜਿਹਦੇ ਪਾਣੀ ਠਾਹ ਨਹੀਂ ਸੀ ਜਾਂਦਾ, ਉਹਨਾਂ ਨੇ ਆ ਕੇ ਪਲਾਓ ਨਾਲ ਉਹ ਲੇਅਰ ਪੁੱਟ ਦਿੱਤੀ ਹੈ, ਤੇ ਹੁਣ ਧਰਤੀ ਚ ਪਾਣੀ ਦੇ ਬੁਲਦੇ ਖਲੋਂਦਾ ਨੀ, ਪਾਣੀ ਧਰਤੀ ਜੀਰੀ ਜਾ ਰਿਹਾ। ਕਈ ਜਿਹੜੇ ਕਿਸਾਨ ਨੇ ਉਹ ਬਕਾਇਦਾ ਤੌਰ ਤੇ ਜਿਹੜੇ ਆ ਉਹਨਾਂ ਦੇ 4 ਟੋਏ ਪੁੱਟ ਦਿੰਦੇ ਆ ਕਿ ਪਾਣੀ ਰਿੜ ਕੇ ਤੇ ਉੱਥੇ ਚਲੇ ਜਾਵੇ ਤੇ ਉਹ ਧਰਤੀ ਚਲੇ ਜਾਏ, ਕਿਉਂਕਿ ਧਰਤੀ 'ਚ ਪਾਣੀ ਦੀ ਬਹੁਤ ਜ਼ਰੂਰਤ ਹੈਗੀ ਆ। ਇਸ ਕਰਕੇ ਜਿਹੜਾ ਮੀਂਹ ਪਿਆ ਸੀ, ਮੀਂਹ ਦੇ ਪਾਣੀ ਜਿਹੜਾ ਥੱਲੇ ਨਹੀਂ ਸੀ ਜਾਂਦਾ, ਲੇਕਿਨ ਕਿਸਾਨ ਥੋੜੇ ਜਿਹੇ ਸਿਆਣੇ ਹੋ ਗਏ ਆ। ਇੱਕ ਤੇ ਉਹਨਾਂ ਨੇ ਕੀਤਾ ਜਿਹੜੀ ਪਰਾਲੀ ਹੁੰਦੀ ਨਾ, ਪਰਾਲੀ ਉਹਨੂੰ ਬਿਲਕੁਲ ਪੁੱਤਰਾ ਕਰ ਲੈਂਦੇ ਆ, ਉਹਦੇ ਵਾਸਤੇ ਸੰਦ ਆ ਗਏ ਨਵੇਂ, ਉਹਦੇ ਤੇ ਵੱਡਾ ਟਰੈਕਟਰ ਪਾ ਕੇ ਪਲਾਓ ਲਾ ਕੇ ਉਹਨੂੰ ਪਲਟ ਦਿੰਦੇ ਆ, ਜਿਹੜਾ ਉਹ ਪਰਾਲੀ ਉਹ ਥੱਲੇ ਚਲ ਜਾਂਦੀ, ਮਿੱਟੀ ਉੱਤੇ ਜਾਂਦੀ ਆ, ਤੇ ਜਦੋਂ ਆ ਫਸਲ ਬੀਜ ਦਿੰਦੀ ਉਹ ਮਿੱਟੀ ਜਿਹੜੀ ਪਰਾਲੀ ਥੱਲੇ ਗਲ ਜਾਂਦੀ, ਖਾਦ ਦਾ ਕੰਮ ਕਰਦੀ, ਖਾਦ ਦਾ ਕੰਮ ਕਰਦੀ। ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।